गोलियां चल गया ओए गोलियां हाय हाय गोलियां चल गया देखी मरता नहीं गया कोई शाही शहर पटियाला विखे वापरियां दो बख-बख घटनावां विच दो नौजवानों की हत्या कर दी गई। पहली घटना लंघी देर रात पंजाबी यूनिवर्सिटी पटियाला के सामने वापरी, जिस विच पिंड दौण कलां के वासी धर्मेंद्र पिंदा पुत्र धनंतर सिंह नूं अणपछाते व्यक्तियों ने गोलियां मार के मौत के घाट उतार दिता। पुलिस अधिकारी वालों दी गई जानकारी अनुसार इस मामले नूं लैके अर्बन स्टेट की पुलिस ने दौण कलां वासी हरवीर सिंह, तजिंदर सिंह फौजी, ਧਰੇੜੀ ਜੱਟਾਂ ਵਾਸੀ ਹਰਮਨ ਅਤੇ ਬੋਨੀ ਨਾਮੀ ਨੌਜਵਾਨਾਂ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਉਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਧਰਮਿੰਦਰ ਸਿੰਘ ਪਿੰਦਾ ਪਿੰਡ ਦੌਣ ਕਲਾਂ ਯੂਥ ਕਲੱਬ ਦਾ ਪ੍ਰਧਾਨ ਵੀ ਰਿਹਾ, ਜਿਸ ਦੌਰਾਨ ਉਹ ਖੇਡਾਂ ਕਰਵਾਉਣ ਵਿੱਚ ਵੀ ਮੋਹਰੀ ਰਹਿੰਦਾ ਸੀ। ਸਰ, ਇਹ ਯੂਨੀਵਰਸਿਟੀ ਦੇ ਕੋਲ ਮਾਮਲਾ ਹੋਇਆ, ਕੀ ਹੈ ਪੂਰਾ ਮਾਮਲਾ? ਸਰ, ਇਹ ਰਾਤੀ 11:30 ਵਜੇ ਦੇ ਆਸ ਪਾਸ ਦੀ ਗੱਲ ਹੈਗੀ ਆ, ਅਤੇ ਯੂਨੀਵਰਸਿਟੀ ਗੇਟ ਦੇ ਉੱਤੇ ਇੱਕ ਤੂੰ ਮੈਂ ਹੁੰਦੇ ਹੋਏ ਅਤੇ ਇੱਕ ਗਨ ਫਾਇਰ ਹੋਇਆ, ਅਤੇ ਜਿਹੜਾ ਸਿੱਧਾ ਆਪਣੇ ਧਰਮਵੀਰ ਸਿੰਘ ਪਿੰਦਾ ਦੇ ਲੱਗਾ। ਇਹ ਦੌਣ ਕਲਾਂ ਦਾ ਰਹਿਣ ਵਾਲਾ, ਅਤੇ ਉਹਦੀ ਥਾਈ ਉੱਤੇ ਗੋਲੀ ਲੱਗਣ ਕਰਕੇ ਡੈਥ ਹੋ ਗਈ। ਅਤੇ ਇਹਦੇ ਵਿੱਚ ਇਹਨਾਂ ਦੇ ਪਿੰਡ ਦਾ ਹੀ ਹਰਵੀਰ ਸਿੰਘ ਜਿਹੜਾ ਹੈਗਾ ਸੀ ਦੌਣ ਕਲਾਂ ਦਾ ਹੀ, ਇਹ ਦੋਨੋਂ ਯੂਨੀਵਰਸਿਟੀ ਪੜ੍ਹਦੇ ਸੀ। ਉਸ ਚੀਜ਼ ਨੂੰ ਲੈ ਕੇ ਇਹ ਮਤਲਬ ਇਹਦੇ ਪੋਸਟਰ ਰਾਹੀਂ ਆਪਸ ਵਿੱਚ ਟਸਲਬਾਜ਼ੀ ਇਹਨਾਂ ਦੀ ਪੁਰਾਣੀ ਚੱਲਦੀ ਸੀ, ਅਤੇ ਜਿਹਦੇ ਕਰਕੇ ਕੱਲ੍ਹ ਕੋਈ ਇਹ ਤੂੰ ਮੈਂ ਹੁੰਦੇ ਹੋਏ ਸਾਡੇ ਨੂੰ ਪ੍ਰੋਪੋਗੇਸ਼ਨ ਆਈਆਂ ਨੇ, ਇਹਦੇ ਸਿੱਧੀ ਗੋਲੀ ਮਾਰੀ ਅਤੇ ਥਾਈ ਮਾਰਤਾ। ਅਤੇ ਇਹਦੇ 'ਚ ਅਸੀਂ ਪਰਚਾ ਦਰਜ ਕਰ ਲਿਆ FIR 38 ਥਾਣਾ ਅਰਬਨ ਸਟੇਟ 'ਤੇ, ਅਤੇ ਬਾਕੀ ਚਾਰ ਦੋਸ਼ੀਆਂ ਦੇ ਖਿਲਾਫ਼, ਅਤੇ ਬਾਕੀ ਇਨਵੈਸਟੀਗੇਸ਼ਨ ਕਰਦੇ ਹਾਂ। ਇਨਵੈਸਟੀਗੇਸ਼ਨ ਚੱਲਦੀ ਚੱਲਦੀ ਇਹਨਾਂ ਨੂੰ ਫੜ ਵੀ ਲਵਾਂਗੇ, ਅਤੇ ਇਨਵੈਸਟੀਗੇਸ਼ਨ ਜੋ ਹੋਰ ਤੱਥ ਸਾਹਮਣੇ ਆਉਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇ। ਅਤੇ ਸਰ, ਕੋਈ ਸਪੋਰਟਸ ਪਰਸਨ ਵੀ ਸੀ, ਕੋਈ ਕਬੱਡੀ ਦਾ ਪਲੇਅਰ ਸੀ? ਨਹੀਂ, ਇਹ ਗਲਤ ਨਹੀਂ ਉਮਰ ਹੈ, ਕੋਈ ਇਹ ਸਪੋਰਟਸ ਪਰਸਨ ਹੈ ਨਹੀਂ ਸੀ, ਕੋਈ ਕਬੱਡੀ ਦਾ ਪਲੇਅਰ ਹੈ ਨਹੀਂ ਸੀ। ਇਹ ਯੂਨੀਵਰਸਿਟੀ ਪੜ੍ਹਦੇ ਸੀ, ਇਹਦਾ ਕੋਈ ਵਾਸਤਾ ਨਹੀਂ ਕਬੱਡੀ ਨਾਲ, ਸਪੋਰਟਸ ਮੈਨ ਨਾਲ। ਹਾਂ, ਜਿਮ ਵਗੈਰਾ ਇਹ ਕਰਦਾ ਸੀ, ਉਹ ਰੂਟੀਨ ਸਾਰੇ ਕਰਦਾ। ਦੂਜੀ ਘਟਨਾ ਸ਼ਹਿਰ ਵਿੱਚ ਸਥਿਤ ਕਾਲੀ ਮਾਤਾ ਦੇ ਮੰਦਰ ਨੇੜੇ ਵਾਪਰੀ, ਜਿਸ ਵਿੱਚ ਪ੍ਰਿਤਪਾਲ ਸਿੰਘ ਪੁੱਤਰ ਕਰਮਜੀਤ ਸਿੰਘ ਵਾਸੀ ਦਰਸ਼ਨ ਨਗਰ ਪਟਿਆਲਾ ਦੀ ਇੱਕ ਅਣਪਛਾਤੇ ਵਿਅਕਤੀ ਨੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਇਸ ਮਾਮਲੇ ਵਿੱਚ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬਿਊਰੋ ਰਿਪੋਰਟ, ਪ੍ਰਵਾਸੀ ਟੀਵੀ। ਪਲੀਜ਼ ਸਬਸਕ੍ਰਾਈਬ ਪ੍ਰਵਾਸੀ ਟੀਵੀ ਐਂਡ ਪ੍ਰੈਸ ਦ ਬੈਲ ਆਈਕਨ।